ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਮੈਂ ਕੋਮਲ ਸਿੰਗਲਾ ਕਿਸਾਨਾਂ ਵੱਲੋਂ ਅਨਾਉਂਸ ਕੀਤੇ ਜਿਹੜੇ ਕਿਸਾਨ ਮਾਰਚ ਹੈ ਟਰੈਕਟਰ ਪਰੇਡ ਹੈ ਉਸ ਨੂੰ ਪੂਰਾ ਸਮਰਥਨ ਮਿਲਦਾ ਨਜ਼ਰ ਆ ਰਿਹਾ ਤੇ ਉਹ ਕਾਮਯਾਬ ਹੁੰਦਾ ਨਜ਼ਰ ਆ ਰਿਹਾ ਹੈ ਕਿਸਾਨਾਂ ਵੱਲੋਂ ਅਨਾਉਂਸ ਕੀਤਾ ਗਿਆ ਸੀਗਾ 26 ਜਨਵਰੀ ਨੂੰ ਟਰੈਕਟਰ ਪਰੇਡ ਦਿੱਲੀ ਦੀ ਬਰੂਹਾਂ ਤੇ ਦਿੱਲੀ ਦੀ ਆਊਟਰ ਰਿੰਗ ਰੋਡ ਤੇ ਕੱਢੀ ਜਾਏਗੀ ਤੁਸੀਂ ਵੇਖ ਸਕਦੇ ਹੋ ਲਾਈਵ ਤਸਵੀਰਾਂ ਇਸ ਵੇਲੇ ਸਿੰਘੂ ਬਾਰਡਰ ਤੋਂ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਚੱਲ ਪਏ ਨੇ ਤੇ ਜਿਹੜਾ ਸਿੰਘੂ ਬਾਰਡਰ ਉਹ ਪਾਰ ਕਰ ਲਿਆ ਇਸ ਮੌਕੇ ਸਾਡੇ ਨਾਲ ਕਿਸਾਨ ਆਗੂ ਨੇ ਉਹਨਾਂ ਤੋਂ ਜਾਣਾਂਗੇ ਜਿਹੜੇ 31 ਜਥੇਬੰਦੀਆਂ ਸਰਕਾਰ ਨਾਲ ਮੀਟਿੰਗ ਕਰ ਜਾਂਦੀਆਂ ਨੇ ਉਹਨਾਂ ਚੋਂ ਇੱਕ ਆਗੂ ਨੇ ਸਰ ਕੀ ਨਾਮ ਮੇਰਾ ਨਾਮ ਗੁਰਮੀਤ ਸਿੰਘ ਮੈਂ ਸੂਬਾ ਜਨ ਸਕੱਤਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਅੱਜ ਦੀ ਜਿਹੜੀ ਪਰੇਡ ਸਾਡੀ ਟਰੈਕਟਰ ਮਾਰਚ ਜਿਹੜਾ ਉਹ ਸੰਯੁਕਤ ਮੋਰਚੇ ਵੱਲੋਂ ਅਤੇ ਉਹਦੇ 400 ਤੋਂ ਉੱਪਰ ਜਥੇਬੰਦੀਆਂ ਸ਼ਾਮਲ ਨੇ ਉਹਦਾ ਕਾਰਨ ਇਹ ਆ ਕਿ ਅਸੀਂ ਪਿਛਲੇ 6-7 ਮਹੀਨੇ ਤੋਂ ਅੰਦੋਲਨ ਕਰ ਰਹੇ ਹਾਂ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਕੀਤਾ ਗਿਆ ਬਹੁਤ ਵੱਡਾ ਉਸ ਤੋਂ ਵੀ ਬਾਅਦ ਜਿਹੜਾ ਫਿਰ ਰੇਲਾਂ ਜਾਮ ਕੀਤੀਆਂ ਗਈਆਂ ਟੋਲ ਪਲਾਜ਼ੇ ਅੰਦੋਲਨ ਚੱਲਿਆ 2 ਮਹੀਨੇ ਲਗਾਤਾਰ ਪੰਜਾਬ 'ਚ ਤਾਂ ਸਰਕਾਰ ਜਿਹੜੀ ਉਹ ਬਿੱਲ ਲੈ ਕੇ ਆਈ ਹੈ ਤਿੰਨੋਂ ਰੱਦ ਨਹੀਂ ਕਰ ਰਹੀ ਹਾਲੇ ਤੱਕ ਕਿ ਉਲਟਾ ਜਿਹੜਾ ਪ੍ਰਚਾਰ ਕਰ ਰਹੀ ਹੈ ਕਿ ਕਿਸਾਨ ਜਥੇਬੰਦੀਆਂ ਗਲਤ ਬੋਲ ਰਹੀਆਂ ਨੇ ਇਹ ਤਾਂ ਕਿਸਾਨਾਂ ਦੇ ਪੱਖ 'ਚ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨਗੇ ਪਰ ਜਦੋਂ ਕਿ ਇਹ ਕਾਰਪੋਰੇਟ ਘਰਾਣੇ ਵਾਲੀ ਨੇ ਮੰਡੀ ਖਤਮ ਕੀਤੀ ਜਾਣੀ ਹੈ ਖਰੀਦ ਖਤਮ ਕੀਤੀ ਜਾਣੀ ਹੈ ਔਰ ਸਟੋਰੇਜ ਕਰਨ ਦੀ ਖੁੱਲ੍ਹ ਦਿੱਤੀ ਜਾਣੀ ਜਿਹਦੇ ਨਾਲ ਮੱਧ ਵਰਗ ਔਰ ਸ਼ਹਿਰੀ ਵਰਗ ਨੂੰ ਵੀ ਜਿਹੜਾ ਆਟਾ ਅੱਜ 20 ਰੁਪਏ ਕਿਲੋ ਖਰੀਦੇ ਬਾਜ਼ਾਰ 'ਚ ਉਹ ਵੀ 100 ਰੁਪਏ ਦੇ ਉੱਤੇ ਜਾਏਗਾ ਜਿਵੇਂ ਤੁਸੀਂ ਪਹਿਲਾਂ ਵੇਖਦੇ ਵੀ ਜਿਹੜੀ ਚੀਜ਼ ਵੀ ਉਹ ਸਟੋਰ ਕਰ ਲੈਂਦੇ ਕਿੱਲਤ ਪੈਦਾ ਹੋ ਜਾਂਦੀ ਅਤੇ ਉਹਨੂੰ ਕਈ ਗੁਣਾ ਰੇਟ ਵੱਧ ਜਾਂਦਾ ਤਾਂ ਉਸੇ ਤਰ੍ਹਾਂ ਜਿਹੜਾ ਅਗਲੀਆਂ ਜਿਹੜਾ ਕੰਟੈਕਟ ਫਾਰਮਿੰਗ ਰਾਹੀਂ ਸਾਡੀਆਂ ਜ਼ਮੀਨਾਂ 'ਤੇ ਆਖੇ ਕਾਰਪੋਰੇਟ ਘਰਾਣੇ ਦੀ ਤਾਂ ਉਹ ਬਿੱਲ ਰੱਦ ਕਰਾਉਣ ਲਈ ਜਿਹੜਾ ਸਾਡਾ ਅੰਦੋਲਨ ਚੱਲ ਰਿਹਾ ਸੀ ਪਿੱਛੇ 2 ਮਹੀਨੇ ਤੋਂ ਇੱਥੇ ਚੱਲ ਰਿਹਾ ਸੀ ਅੱਜ ਸਾਨੂੰ 2 ਮਹੀਨੇ ਪੂਰੇ ਹੋਏ ਨੇ 26 ਤਰੀਕ ਨੂੰ ਪਿਛਲੀ 26 ਨੂੰ ਅਸੀਂ ਇੱਥੇ ਆ ਗਏ ਸੀ ਮੋਰਚੇ 'ਚ ਤਾਂ 2 ਮਹੀਨੇ ਸਾਡਾ ਇੱਥੇ ਚੱਲਦਾ ਰਿਹਾ ਸ਼ਾਂਤਮਈ ਪ੍ਰੋਟੈਸਟ ਚੱਲਦਾ ਰਿਹਾ ਅੱਜ ਵੀ ਸਾਡਾ ਸ਼ਾਂਤਮਈ ਹੈ ਔਰ ਮੀਟਿੰਗਾਂ ਹੋਈਆਂ ਨੇ 11 ਦੌਰ ਦੀਆਂ 11 ਮੀਟਿੰਗਾਂ ਦੇ ਵਿੱਚ ਜਿਹੜੀ ਸਰਕਾਰ ਇਹਨਾਂ ਨੇ ਬਿੱਲ ਵਾਪਸ ਲੈਣ ਲਈ ਤਿਆਰ ਨਹੀਂ ਉਹ ਤੁਸੀਂ ਵੇਖ ਰਹੇ ਜੇ ਜਿਹੜੀ ਪੂਰੀ ਲੋਕ ਨੇ ਇਹ ਇੱਕ ਬਾਰਡਰ ਹੈ ਸਿੰਘੂ ਬੁਜੜਾ ਬਾਕੀ 7-8 ਜਿਹੜੇ ਹੋਰ ਨੇ ਇਹੋ ਜਿਹੇ ਮੋਰਚੇ ਜਿੱਥੋਂ ਅੱਜ ਪਰੇਡ ਕੱਢੀ ਜਾਣੀ ਹੈ ਤਾਂ ਲੱਖਾਂ ਦੇ ਟਰੈਕਟਰ ਲੱਗਦਾ 5-7 ਲੱਖ ਦੇ ਕਰੀਬ ਟਰੈਕਟਰ ਜਿਹੜੇ ਰੋਸ ਵਜੋਂ ਅੱਜ ਮਾਰਚ ਕਰ ਰਹੇ ਨੇ ਅਸੀਂ ਅੱਧੀ ਗੱਲ ਜਿਹੜੀ ਕਿਸਾਨ ਜਨਤਾ ਨੂੰ ਦੱਸ ਰਹੇ ਹਾਂ ਕਿ ਜਿਹੜਾ ਇਹ ਸਰਕਾਰ ਹੈ ਸਾਡੇ ਵਿਰੁੱਧ ਬਿੱਲ ਲੈ ਗਿਆ ਇਹਨੂੰ ਰੱਦ ਕੀਤਾ ਜਾਵੇ ਬਿੱਲ ਤਾਂ ਕੇਂਦਰ ਸਰਕਾਰ ਦੇ ਸਿਰ ਤੇ ਤਾਂ ਜੂੰ ਰੇਂਗਦੀ ਨਜ਼ਰ ਨਹੀਂ ਆ ਰਹੀ ਤੇ ਜਿਹੜਾ ਅੱਜ ਪਰੇਡ ਆ ਉਹਦੇ ਬਾਰੇ ਦੱਸੋ ਵੀ ਕਿੰਨੇ ਕੁ ਟਰੈਕਟਰ ਹੋ ਸਕਦੇ ਆ ਤੁਹਾਡੇ ਅਕੋਰਡਿੰਗ ਤੇ ਕਿੰਨੇ ਕੁ ਬੰਦੇ ਹੋ ਸਰ ਵੇਖੋ ਜੀ ਬੰਦਿਆਂ ਦੀ ਤਾਂ ਗਿਣਤੀ ਨਹੀਂ ਲੱਗ ਸਕਦੀ 50 ਲੱਖ ਕਿ 60 ਲੱਖ ਕਿ ਕਿੰਨਾ ਕਰੋੜ ਤੋਂ ਵੀ ਉੱਪਰ ਹੋ ਸਕਦੇ ਨੇ ਕੋਈ ਗਿਣਤੀ ਨਹੀਂ ਇਹਦੀ ਤਾਂ ਹੜ ਆਇਆ ਲੱਗਦਾ ਵੀ ਹੜ ਆ ਗਿਆ ਨਹੀਂ ਵੇਖੋ ਜੀ ਹੜ ਤੋਂ ਵੀ ਵੱਡੀ ਲੱਗਦਾ ਕੋਈ ਸਮੁੰਦਰ 'ਚ ਜਿਵੇਂ ਛਾ ਆਉਂਦੇ ਨੇ ਜਵਾਰ ਭਾਟਾ ਮੈਨੂੰ ਲੱਗਦਾ ਵੀ ਉਹੋ ਜਿਹਾ ਗਿਣਤੀ ਮਿੰਤੀ ਹੈ ਨਹੀਂ ਕੋਈ ਅੱਜ ਵੀ ਦਿੱਲੀ ਦੀ ਤੁਸੀਂ ਵੇਖੋਗੇ ਜਾਂ ਮੋਰਚਿਆਂ 'ਤੇ ਵੇਖੋਗੇ ਵੀ ਕੋਈ ਗਿਣਤੀ ਮਿੰਤੀ ਨਹੀਂ ਇਹਦੀ ਕਿੰਨੀ ਕੁ ਜਨਤਾ ਆ ਗਈ ਟਰੈਕਟਰ ਦਾ ਵੀ ਇੱਦਾਂ ਵੀ 5-7 ਲੱਖ ਦੇ ਕਰੀਬ ਸਾਡੇ ਟਰੈਕਟਰ ਹੈਗੇ ਨੇ ਜਿਹੜੇ ਇਸ ਮੋਰਚੇ 'ਤੇ ਨੇ ਬਾਕੀ ਜਿਹੜੇ ਦੂਜੇ ਨੇ ਉਹਦੇ 'ਤੇ ਅੱਡ ਅੱਡ ਹੋਰ ਨੇ ਜੀ ਤੁਹਾਨੂੰ ਉਮੀਦ ਸੀਗੀ ਵੀ ਇੰਨਾ ਜਿਹੜਾ ਸਮਰਥਨ ਹੈ ਲੋਕਾਂ ਦਾ ਸਾਥ ਹੈ ਜਿਹੜਾ ਉਹ ਮਿਲੇਗਾ ਵੇਖੋ ਜੀ ਅਸੀਂ ਤਾਂ ਜਦੋਂ ਅੰਦੋਲਨ ਖੜਾ ਕੀਤਾ ਸਾਡੀ ਗੱਲ ਠੀਕ ਹੈ ਸਾਡਾ ਅੰਦੋਲਨ ਠੀਕ ਹੈ ਤਾਂ ਜਿਹੜੇ ਕਿਸਾਨ ਨੇ ਇੱਥੇ ਭਾਰਤ ਦੇ ਵਿੱਚ 70% ਕਿਸਾਨੀ ਹੈ ਜਿਹੜੀ ਬੁਰੀ ਹਾਲਤ 'ਤੇ ਲਗਾਤਾਰ ਆਤਮ ਹੱਤਿਆ ਕਰ ਰਹੀ ਹੈ ਤਾਂ ਉਹਨਾਂ ਨੂੰ ਸਰਕਾਰ ਕੋਈ ਰਾਹਤ ਨਹੀਂ ਦੇ ਰਹੀ ਸਬਸਿਡੀਆਂ ਖਤਮ ਕੀਤੀਆਂ ਜਾ ਰਹੀਆਂ ਜਿਹੜਾ ਪੰਜਾਬ ਅਤੇ ਹਰਿਆਣਾ ਦੀ ਥੋੜ੍ਹੀ ਹਾਲਤ ਚੰਗੀ ਸੀ ਉਹਨਾਂ ਨੂੰ ਵੀ ਮਾਰਨ ਲਈ ਬਿੱਲ ਲਿਆਉਂਦੇ ਗਏ ਨੇ ਤਾਂ ਪੰਜਾਬ ਨੇ ਲੜਾਈ ਸ਼ੁਰੂ ਕੀਤੀ ਹੈ ਔਰ ਜਿਹੜੇ ਬਾਕੀ ਕਿਸਾਨ ਦੇਖਦੇ ਉਹ ਵੀ ਨਾਲ ਰਲਦੇ ਗਏ ਨੇ ਉਹ ਵੀ ਆਪਦੇ ਅਧਿਕਾਰ ਮੰਗਣ ਲੱਗ ਗਏ ਨੇ ਔਰ ਅੱਜ ਜਿਹੜਾ ਜਦੋਂ ਸਰਕਾਰ ਕਹਿੰਦੀ ਕਿ ਜੈ ਕਿਸਾਨ ਜੈ ਜਵਾਨ ਵੀ ਜੇ ਦੇਸ਼ ਤੇ ਹੱਕ ਸਰਕਾਰ ਦਾ ਹੱਕ ਹੈ ਇਕੱਲੇ ਸਰਕਾਰ ਦਾ ਸਾਡਾ ਵੀ ਦੇਸ਼ ਹੈ ਜਵਾਨ ਜੈ ਕਿਸਾਨ ਦਾ ਨਾਰਾ ਤਾਂ ਹੁਣ ਸਿਰਫ ਬੋਲਣਾ ਵੀ ਔਖਾ ਲੱਗਦਾ ਕਿਉਂਕਿ ਜਵਾਨ ਵੀ ਇਸ ਵੇਲੇ ਸੜਕਾਂ ਤੇ ਹੈ ਤੇ ਕਿਸਾਨ ਵੀ ਸੜਕਾਂ ਤੇ ਹੈ ਕੋਈ ਸੁਖੀ ਨਹੀਂ ਹੈਗਾ ਉਹ ਵੇਖੋ ਜੀ ਉਹਦੇ ਹਾਲਤ ਜਿਹੜੀਆਂ ਨੀਤੀਆਂ ਪਾਲਸੀਆਂ ਉਹ ਕਿਸਾਨਾਂ ਦੇਸ਼ ਲਈ ਨਹੀਂ ਨਾ ਉਹ ਤਾਂ ਕਾਰਪੋਰੇਟ ਘਰਾਣੇ ਵਾਲੀ ਹੈ ਸਾਮਰਾਜੀਆਂ ਨੂੰ ਲੁਟਾਉਣ ਲਈ ਹੈ ਉਹ ਜਦੋਂ ਇੱਥੋਂ ਅਮੈਰੀਕਨ ਸਾਮਰਾਜ ਲੁੱਟ ਕਰਕੇ ਜਾ ਰਿਹਾ ਕੰਪਨੀਆਂ ਕਿੰਨੀ ਲੁੱਟ ਕਰਕੇ ਜਾ ਰਹੀਆਂ ਨੇ ਇੱਥੋਂ ਤੱਕ ਜਿਹੜਾ ਬਜਟ ਬਣਾਇਆ ਜਾਂਦਾ ਲੋਕਾਂ ਤੋਂ ਲੁੱਟ ਕੀਤੀ ਉਹਦੇ 'ਚੋਂ ਵੀ ਕਈ ਲੱਖਾਂ ਕਰੋੜ ਰੁਪਈਆ ਨੂੰ ਦੇ ਦਿੱਤਾ ਜਾਂਦਾ ਤਾਂ ਦੇਸ਼ ਦੀ ਹਾਲਤ ਕਿਵੇਂ ਸੁਧਰ ਹੋਵੇਗੀ ਟਰੈਕਟਰ ਪਰੇਡ ਬਾਰੇ ਜਾਣਕਾਰੀ ਦਿਓ ਵੀ ਜਿਹੜੀ ਇਹ ਪਰੇਡ ਹੈ 8 ਵਜੇ ਸ਼ੁਰੂ ਹੋਈ ਹੈ ਹੁਣ ਸਵੇਰੇ 26 ਜਨਵਰੀ ਨੂੰ ਇਹ ਕਦੋਂ ਤੱਕ ਚੱਲੇਗੀ ਕਿੰਨੀ ਲੰਬੀ ਚੱਲ ਸਕਦੀ ਇਹ ਵੇਖੋ ਜੀ ਜਿਹੜੀ ਸ਼ੁਰੂ ਹੋ ਗਈ ਹੈ ਪਰੇਡ ਇੱਕ ਜਥੇਬੰਦੀ ਗਈ ਹਾਲੇ ਬਾਕੀ 32 ਜਥੇਬੰਦੀਆਂ ਜਿਹੜੇ ਪਾਸ ਕੀਤੀ ਉਹ ਅਜੇ ਪਿੱਛੇ ਸਾਰੇ ਆਗੂ ਆ ਰਹੇ ਨੇ ਮੈਂ ਇੱਥੇ ਖੜਾ ਵੀ ਵੇਖ ਰਹੇ ਹਾਂ ਅਸੀਂ ਦੇਖਿਆ ਤੁਸੀਂ ਡਿਊਟੀ ਨਿਭਾ ਰਹੇ ਸੀਗੇ ਪੂਰੀ ਬਖੂਬੀ ਆਪਣੀ ਹਾਂ ਇੱਥੇ ਉਹ ਸਾਡੇ ਬਾਗੂ ਬਗਰ ਆ ਰਹੇ ਨੇ ਤੇ ਇਹ ਅੱਡ ਕਰ ਰਹੇ ਨੇ ਪਰੇਡ ਬਾਕੀ ਜਿਹੜੀ ਬਾਕੀ ਮੋਰਚੇ ਅੱਡ ਸਾਡੀ ਇਕੱਠੀ ਪਰੇਡ ਹੋ ਰਹੀ ਹੈ ਭਨੇਰ ਸਾਹਿਬ ਵਾਲੀ ਜਥੇਬੰਦੀ ਗਈ ਹੈ ਹਾਂ ਇਹ ਭਨੇਰ ਸਾਹਿਬ ਵਾਲੀ ਗਈ ਹੈ ਉਹ ਥੋੜਾ ਵੱਖ ਵਖੇਵਾਂ ਵੱਖ ਹੋਣ ਦਾ ਕਾਰਨ ਕੀ ਹੈ ਵੱਖ ਹੋਣ ਦਾ ਕਾਰਨ ਇਹ ਆ ਵੀ ਉਹ ਕਿਸੇ 'ਚ ਰਲ ਕੇ ਨਹੀਂ ਚੱਲ ਸਕਦਾ ਸਾਨੂੰ ਲੱਗਦਾ ਵੀ ਉਹਦਾ ਅੰਦੋਲਨ ਜਿਹੜਾ ਇਹ ਚੱਲ ਰਿਹਾ ਅੰਦੋਲਨ ਜਿਹੜਾ ਅਸੀਂ ਜਿੱਤ ਵੱਲ ਲੈ ਕੇ ਜਾ ਰਹੇ ਹਾਂ ਜਿੱਤ ਦੇ ਕਰੀਬ ਪਹੁੰਚੇ ਹਾਂ ਉਹਨੂੰ ਖਰਾਬ ਕਰਨ ਦਾ ਉਹਦਾ ਇਹ ਜਿਹੜਾ ਸਾਡਾ ਰੂਟ ਤੈਅ ਹੋ ਗਿਆ ਸਾਡੀ ਪੀਸਫੁਲੀ ਸਾਡੀ ਇਹਦੀ ਇੱਕ ਜਿਹੜਾ ਜਿੱਤ ਜਿਹੜੀ ਅੰਦੋਲਨ ਦੀ ਉਹ ਹੈਗੇ ਇਹ ਆ ਜਿਹਦੀ ਤਾਕਤ ਵੱਡੀ ਸਭ ਤੋਂ ਵੀ ਇਹ ਲਗਾਤਾਰ ਜਨਤਾ ਦੀ ਲਾਮਬੰਦੀ ਵੱਧ ਰਹੀ ਹੈ
ਕਹਿੰਦੇ ਵੀ ਜਿਹੜੇ ਜਿੱਥੇ ਸਰਕਾਰ ਦੀ ਪਰੇਡ ਹੋਣ ਜਾ ਰਹੀ ਹੈ ਅਸੀਂ ਉੱਥੇ ਜਾ ਕੇ ਕਰਨੀ ਪਰੇਡ, ਜਦੋਂ ਕਿ ਅਸੀਂ ਅੰਦੋਲਨ ਕਰ ਰਹੇ ਹਾਂ, ਅਸੀਂ ਬਗਾਵਤ ਨਹੀਂ ਕਰ ਰਹੇ। ਇਹ ਪਨੇਰ ਜਿਹੜਾ ਹੈ ਬਗਾਵਤ ਕਰਨ ਵਾਲੇ ਸੋਚ ਰਿਹਾ ਵੀ ਉਹ ਸਰਕਾਰ ਦੇ ਕਾਨੂੰਨਾਂ ਲੰਘਣ ਦੀ ਬਗਾਵਤ। ਇਹਦੇ ਨਾਲ ਦੇਖੋ ਐਡਾ ਵੱਡਾ ਸੰਘਰਸ਼ ਹੈ, ਪੂਰਾ ਦੇਸ਼ ਇਸ ਵੇਲੇ ਕਿਸਾਨਾਂ ਦੇ ਨਾਲ ਖੜਾ ਨਜ਼ਰ ਆ ਰਿਹਾ ਹੈ। ਜਿਹੜਾ ਅੰਦੋਲਨ ਚੱਲ ਰਿਹਾ ਹੈ ਉਹਤੇ ਠੱਲ ਉਹਤੇ ਨੁਕਸਾਨ ਨੁਕਸਾਨ ਹੋਏਗਾ। ਇਹ ਵੇਖੋ ਜੀ, ਪਨੇਰ ਜਿਹੜਾ ਇਹ ਨੁਕਸਾਨ ਕਰੇਗਾ, ਉਹਨੂੰ ਨੁਕਸਾਨ ਕਰਨ ਲਈ ਅੱਡ ਮਾਰਚ ਕਰ ਰਿਹਾ, ਜਦੋਂ ਕਿ ਵਿੱਚ ਮੋਰਚੇ ਦੇ ਵਿੱਚ ਫੈਸਲਾ ਹੋਇਆ ਸਾਰਾ ਵੀ ਆਪਾਂ ਇੱਦਾਂ ਕਰਨਾ। ਮੀਟਿੰਗਾਂ ਦੇ ਵਿੱਚ ਹੋਇਆ, ਅਸੀਂ ਸਰਕਾਰ ਪਹਿਲਾਂ ਵੀ ਅੱਡ ਬੈਠੇ ਸੀ, ਬਾਹਰ ਬੈਠੇ ਸਰਕਾਰ ਨਾਲ ਮੀਟਿੰਗਾਂ ਦੇ ਵਿੱਚ ਲੈ ਕੇ ਗਏ ਹਾਂ, ਪਰ ਅੱਜ ਕੱਲ੍ਹ ਇਹਨਾਂ ਪਾਸ ਕੀਤਾ ਵੀ ਅਸੀਂ ਅੱਡ ਕਰਾਂਗੇ। ਹੋਰ ਜਿਹੜਾ ਬੈਠਕਾਂ ਬਾਕੀ ਜਥੇਬੰਦੀਆਂ ਬੈਠਕਾਂ ਹੋ ਕੇ ਤੈਅ ਹੋ ਗਿਆ ਰੂਟ, ਅਤੇ ਜਿੱਥੇ ਸਰਕਾਰ ਨੇ ਪਰੇਡ ਕਰਨੀ ਉਹ ਤਾਂ ਆਇਆ ਵੀ ਪਰੇਡ ਇਹ ਵੀ ਜਾ ਸਕਦੀ ਉੱਥੇ, ਪਰ ਸਰਕਾਰ ਨੇ ਜਿਹੜੀ ਸਾਨੂੰ ਅਪੀਲ ਕੀਤੀ ਹੈ ਵੀ ਜੇ ਇੰਨੇ ਟਰੈਕਟਰ ਨੇ ਜਿੰਨੇ, ਜੇ ਇਹਨਾਂ ਦਾ ਕੋਈ ਰੂਟ ਮੈਪ ਤੈਅ ਨਹੀਂ ਕੀਤਾ ਜਾਂਦਾ, ਇਹਨੂੰ ਮੋੜਿਆ ਨਹੀਂ ਜਾਂਦਾ, ਤੇ ਦਿੱਲੀ 'ਚੋਂ ਕੱਢਣੇ ਔਖੇ ਹੋ ਜਾਣਗੇ, ਮੁਸ਼ਕਲ ਹੋ ਜਾਏ। ਸਾਂਭਣ ਲਈ ਪਲੈਨਿੰਗ ਤਾਂ ਬਹੁਤ ਜ਼ਰੂਰੀ ਹੈ। ਭੰਦੇੜ ਸਾਹਿਬ ਨੇ ਵਖੇਵਾਂ ਹੋ ਕੇ ਇਸ ਮੋਰਚੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਿੱਲੀ ਪੁਲਿਸ ਨਾਲ ਉਹਨਾਂ ਦੀ ਮੀਟਿੰਗ ਵੀ ਹੋਈ, ਉਹਨਾਂ ਨੂੰ ਇਜਾਜ਼ਤ ਨਹੀਂ ਮਿਲੀ, ਫਿਰ ਵੀ ਉਹਨਾਂ ਦਾ ਕਹਿਣਾ ਕਿ ਮੈਂ ਦਿੱਲੀ ਜਾਊਂਗਾ। ਵੇਖੋ ਜੀ, ਜਦੋਂ ਮੋਰਚੇ ਦਾ ਨੁਕਸਾਨ ਹੀ ਕਰਨਾ ਧਾਰ ਲਿਆ ਬੰਦੇ ਨੇ ਤਾਂ ਕਰੂਗਾ, ਪਰ ਫਿਰ ਵੀ ਅਸੀਂ ਬਚਾਉਣ ਦੀ ਕੋਸ਼ਿਸ਼ ਕਰਾਂਗੇ ਕਿ ਬਾਕੀ ਜਥੇਬੰਦੀਆਂ ਅਸੀਂ ਕਿਵੇਂ ਇਹਨੂੰ ਸਾਂਭ ਜਿਹੜੀ 31 ਜਥੇਬੰਦੀਆਂ ਨੇ ਉਹਨਾਂ ਦੇ ਟਰੈਕਟਰ ਪਰੇਡ ਕਿੰਨੇ ਵਜੇ ਸ਼ੁਰੂ ਹੋਏਗੀ? ਉਹ ਆ ਰਹੀ ਜੀ, ਪਿੱਛੇ ਸਾਡੀ ਤਿਆਰੀ ਚੱਲ ਰਹੀ ਹੈ, ਬਕਾਇਦਾ ਵਲੰਟੀਅਰ ਹੋਣਗੇ, ਬਕਾਇਦਾ ਜਿਵੇਂ ਫੌਜ ਮਾਰਚ ਕਰਦੀ ਹੋਏ। ਆਹ ਤਾਂ ਤੁਸੀਂ ਵੇਖਿਆ ਖਲਾਰਾ ਪਿਆ ਹੋਇਆ, ਹੁਣ ਤੱਕ ਇੱਕ ਬੰਦੇ ਦੀਆਂ ਲੱਤਾਂ ਕੱਟੀਆਂ ਜਾ ਚੁੱਕੀਆਂ ਨੇ ਪਨੇਰ ਦੀ ਜਥੇਬੰਦੀ ਦੇ, ਅਤੇ ਉਹ ਕਿਸੇ ਚੁੱਕ ਕੇ ਨਹੀਂ ਲਿਆ, ਉਹ ਅਸੀਂ ਸਾਡੀ ਅਸੀਂ ਲੱਦਿਆ ਉਹਦੇ 'ਚ ਐਂਬੂਲੈਂਸ 'ਚ। ਕੱਟਣ ਦਾ ਕਾਰਨ ਕੀ ਸੀਗਾ, ਕਿਵੇਂ ਲੱਤਾਂ? ਕਿਉਂਕਿ ਉਹਦਾ ਕੋਈ ਡਿਸਿਪਲ ਨਹੀਂ ਹੈਗਾ, ਜਨਤਾ ਨੂੰ ਖੁੱਲ੍ਹਾ ਛੱਡਦਾ ਵੀ ਭੱਜੋ ਬਸ, ਅਤੇ ਉਹ ਨੁਕਸਾਨ ਹੋਇਆ। ਹੁਣ ਅਸੀਂ ਫਿਰ ਉਹਨੂੰ ਪੀਸਫੁਲੀ ਲਿਆਵਾਂਗੇ ਨਾ ਭਾਈ, ਵੀ ਆਪਾਂ ਜਨਤਾ ਨੂੰ ਦੱਸ ਕੇ ਵੀ ਆਇਆ ਕਰਨੀ ਪਰੇਡ। ਇਸ ਵੇਲੇ 10 ਵਜੇ ਦਾ ਸਮਾਂ ਹੋ ਚੁੱਕਾ, ਤੁਹਾਨੂੰ ਕੀ ਲੱਗਦਾ ਕਦੋਂ ਤੱਕ ਜਿਹੜੀ 31 ਸੰਯੁਕਤ ਕਿਸਾਨ ਮੋਰਚੇ ਦੀ ਪਰੇਡ ਹੈ ਉਹ ਕਦੋਂ ਤੱਕ ਸ਼ੁਰੂ ਹੋ ਸਕਦੀ? ਉਹ ਆ ਰਹੀ ਹੈ ਜੀ, 11 ਵਜੇ ਸ਼ੁਰੂ ਹੋਊਗੀ, ਜਿਹੜਾ ਅਸੀਂ ਟਾਈਮ ਦਿੱਤਾ ਉੱਥੇ ਉਹਦੇ 'ਤੇ ਸ਼ੁਰੂ ਹੋਊਗੀ। ਕੱਲ੍ਹ ਦਿੱਤਾ ਜੀ, ਹਾਂ 12 ਵਜੇ ਦਾ, 12 ਵਜੇ ਹੀ ਸ਼ੁਰੂ ਹੋਊਗੀ ਬਕਾਇਦਾ, ਫਿਰ ਸਾਡੀ 2 ਦਿਨ ਚੱਲੂਗੀ ਜਿਵੇਂ ਚੱਲਦੀ ਹੈ। ਇਸ ਦਿਨ ਸਾਡੇ ਨਾਲ ਕਿਸਾਨ ਆਗੂ ਜਿਨ੍ਹਾਂ ਦੱਸਿਆ ਕਿ ਕੇਂਦਰ ਨਾਲ ਕਿਸਾਨਾਂ ਦੀਆਂ ਜਿਹੜੀ 11 ਮੀਟਿੰਗਾਂ ਹੋਈਆਂ ਨੇ ਉਹਦੇ ਵਿੱਚ ਇਹਨਾਂ ਨੇ ਹਿੱਸਾ ਨਿਭਾਇਆ, ਤੇ ਇਹਨਾਂ ਦਾ ਇਹ ਵੀ ਕਹਿਣਾ ਕਿ ਟਰੈਕਟਰ ਪਰੇਡ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਹੈ ਉਹ ਹਲੇ ਤੱਕ ਸ਼ੁਰੂ ਨਹੀਂ ਕੀਤੀ ਗਈ। ਹਰ ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।